ये है समीपी आवाज हर वक्त तुहाडे अंग संग न्यूजीलैंड दा नंबर वन पंजाबी एफएम रेडियो स्पाइस। जे एमएलए ना बने ता फिर बॉर्डर ते पिंड ने कुछ ले जा करांगे, कुछ गल दिया करांगे, हैं व्यापार ते जरूर होवेगा। रेडियो स्पाइस सुन रहे सारे ही श्रोतियां नु मेरे वालों यानी कि सुखराज गाखल दे वालों प्यार भरी सत श्री अकाल जी। अज जिन्हां नाल आपां गलबात करन जा रहे हां जी, उन्होंने शुरुआत तो दिल्ली तो की थी पर इस समय जी लाहौर तक पहुंच चुके हैं, यानी कि 12/24 करोड़ बाग तो लैके लाहौरी तक का सफर तय करने वाली जी सरगुण मेहता नाल। सत श्री अकाल जी, की हाल चाल जी? सत श्री अकाल जी, बिल्कुल ठीक। ठीक है जी, पहला तो जी तुहानूं बहुत बहुत मुबारक, तुहाडी नवी मूवी आ रही है जी लाहौरिया, तो ਬਿਲਕੁਲ ਜੀ, ਤੇ ਉਹੀ ਗੱਲ ਹੈ ਜੀ, ਬਿਲਕੁਲ ਇੱਕ ਟੀਮ ਵਰਕ ਤੁਹਾਡਾ ਹੁੰਦਾ ਤੇ ਹਰ ਇੱਕ ਵਾਰ ਕੁਛ ਨਾ ਕੁਛ ਡਿਫਰੈਂਟ ਦੇਖਣ ਨੂੰ ਮਿਲਦਾ ਸਾਡੇ ਸਰੋਤਿਆਂ ਨੂੰ, ਤੇ ਬਹੁਤ ਜ਼ਿਆਦਾ ਵਧੀਆ ਜਿਹੜੇ ਤੁਸੀਂ ਮੈਸੇਜ ਦਿੰਦੇ ਹੋ ਉਹਦੇ ਵਿੱਚ ਮੂਵੀਜ਼ ਦੇ ਵਿੱਚ। ਅੱਛਾ ਸਰ, ਇਸ ਇੰਟਰਵਿਊ ਦੇ ਵਿੱਚ ਆਪਾਂ ਜਿੱਥੇ ਗੱਲਬਾਤ ਕਰਾਂਗੇ ਤੁਹਾਡੀ ਨਵੀਂ ਆਉਣ ਵਾਲੀ ਮੂਵੀ ਦੇ ਬਾਰੇ, ਨਾਲ ਨਾਲ ਤੁਹਾਡੇ ਥੋੜ੍ਹੇ ਪਿੱਛੇ ਜੀਵਨ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਦੇ, ਕਿਉਂਕਿ ਤੁਹਾਡੇ ਜਿਹੜੇ ਚਾਹੁਣ ਵਾਲੇ ਆ ਤੁਹਾਨੂੰ ਸਰੋਤੇ ਉਹ ਤੁਹਾਡੇ ਬਾਰੇ ਬਹੁਤ ਕੁਛ ਜਾਣਨਾ ਚਾਹੁੰਦੇ ਆ, ਜਿਵੇਂ ਕਿ ਹਾਲੇ ਕਈਆਂ ਨੂੰ ਕੁਛ ਕਈ ਗੱਲਾਂ ਜਿਹੜੀਆਂ ਨਹੀਂ ਪਤਾ ਹੋਣਗੀਆਂ, ਜਿੱਦਾਂ ਕਿ ਤੁਸੀਂ ਜਿਹੜੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ 12/24 ਕਰੋਲ ਬਾਗ ਤੋਂ। ਹਾਂਜੀ ਜੀ, ਤੇ ਉਹ ਸ਼ੁਰੂਆਤ ਜਿਹੜੀ ਆ ਉਹ ਕਿਵੇਂ ਹੋਈ, ਕਿਉਂਕਿ ਤੁਸੀਂ ਆਈ ਥਿੰਕ ਤੁਸੀਂ ਰਹਿਣ ਵਾਲੇ ਚੰਡੀਗੜ੍ਹ ਦੇ? ਜੀ, ਮੈਂ ਰਹਿਣ ਵਾਲੀ ਚੰਡੀਗੜ੍ਹ ਦੀ ਹਾਂ, ਤੇ ਮੈਂ ਕਾਲਜ ਜਿਹੜਾ ਹੈ ਆਪਣਾ ਉਹ ਦਿੱਲੀ 'ਚ ਕੀਤਾ ਸੀ ਜੀ, ਤੇ ਮੈਂ ਕਰੋੜੀਮਲ ਕਾਲਜ ਦਿੱਲੀ 'ਚ ਪੜ੍ਹ ਰਹੀ ਸੀ, ਉੱਥੇ ਮੈਂ ਥੀਏਟਰ ਵੀ ਕਰਦੀ ਸੀ ਆਪਣੇ ਨਾ ਕਾਲਜ ਗਰੁੱਪ ਦੇ ਨਾਲ। ਹਾਂਜੀ ਹਾਂਜੀ, ਤੇ ਮੇਰੇ ਥਰਡ ਇਅਰ 'ਚ ਕਿਸੇ ਨੇ ਜਿਹੜੇ ਸਾਡੇ ਕਰੋਲ ਬਾਗ ਦੇ ਪ੍ਰੋਡਿਊਸਰ ਨੇ ਉਹ ਸੀਨੀਅਰ ਸੀ ਸਾਡੇ ਇੰਡਸਟਰੀ ਦੇ, ਲਾਈਕ ਸਾਡੇ ਥੀਏਟਰ ਸੋਸਾਇਟੀ ਦੇ, ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਸੀਰੀਅਲ ਲੈ ਕੇ ਆ ਰਿਹਾ ਤੇ ਸਾਰੇ ਨੇ ਸਾਰੇ ਆਡੀਸ਼ਨ ਕਰਨ ਲਈ ਆ ਜਾਓ, ਤੇ ਸਾਰੇ ਨੇ ਡਿਸਾਈਡ ਕੀਤਾ ਕਿ ਸਾਰੇ ਮਿਲ ਕੇ ਸ਼ਾਮ ਨੂੰ ਜਾਣਗੇ ਤੇ ਆਡੀਸ਼ਨ ਕਰਕੇ ਆਣਗੇ। ਪਰ ਮੈਨੂੰ ਨਾ ਬੜੀ ਸ਼ਰਮ ਸੀ ਆਉਂਦੀ ਸੀ ਸਾਰਿਆਂ ਦੇ ਨਾਲ ਆਡੀਸ਼ਨ ਕਰਨ ਤੋਂ, ਮੈਂ ਸਵੇਰੇ ਸਵੇਰੇ 9 ਵਜੇ ਚਲੀ ਗਈ, ਮੈਂ ਜਾ ਕੇ ਆਪਣਾ ਮਿਸਟਰ ਲਿਸਟ ਕਰਕੇ ਆ ਗਈ, ਤੇ ਜਦੋਂ ਮੇਰਾ ਲਾਸਟ ਪੇਪਰ ਖਤਮ ਹੋਇਆ ਤਾਂ ਮੈਨੂੰ ਇਹਨਾਂ ਦਾ ਕਾਲ ਆਇਆ, ਕਹਿੰਦੇ ਤੁਸੀਂ ਸਿਲੈਕਟ ਹੋ ਗਏ ਹੋ ਤੇ ਹੁਣ ਤੁਸੀਂ ਸਾਡਾ ਸੀਰੀਅਲ ਕਰੋਗੇ। ਮੈਂ ਕਿਹਾ ਅੱਛਾ, ਮੈਨੂੰ ਤਾਂ ਕੁਛ ਸਮਝ ਨਹੀਂ ਆਇਆ, ਤੇ ਉਹ ਪਹਿਲੀ ਵਾਰੀ ਸੀ ਕੋਈ ਸੀਰੀਅਲ ਜਿਹੜਾ ਹੈ ਉਹ ਦਿੱਲੀ 'ਚ ਸ਼ੂਟ ਹੋ ਰਿਹਾ ਸੀ ਜੀ, ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਈ, ਐਂਡ ਮੈਂ ਦਿੱਲੀ 'ਚ 1.5 ਸਾਲ ਜਿਹੜਾ ਉਹ ਸੀਰੀਅਲ ਸ਼ੂਟ ਕੀਤਾ, ਉਸ ਤੋਂ ਬਾਅਦ ਮੈਂ ਮੁੰਬਈ ਆ ਗਈ। ਮਤਲਬ ਡੇਲੀ ਨਿਊਜ਼ ਪੇਪਰ ਵਰਗੀ ਹੈ ਨਾ, ਅਸੀਂ ਰੋਜ਼ ਇੱਕ ਐਪੀਸੋਡ ਨਿਕਾਲਣਾ ਹੁੰਦਾ ਸਾਨੂੰ, ਇੱਥੇ ਅਸੀਂ 40-50 ਦਿਨ 'ਚ ਇੱਕ ਫਿਲਮ ਸ਼ੂਟ ਕਰਕੇ ਲੈਂਦੇ, ਤੇ ਕੁਆਲਿਟੀ ਦਾ ਤਾਂ ਬਹੁਤ ਫਰਕ ਆਉਂਦਾ ਜੀ ਕੰਮ 'ਤੇ ਵੀ। ਦੂਜੀ ਗੱਲ ਆ ਹੈ ਕਿ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਟੀਵੀ 'ਚ ਸ਼ੋਅ ਕਰਦੇ ਨੇ ਜਾਂ ਜਿਹੜਾ ਕੰਮ ਕਰਦੇ ਨੇ ਉਹ ਨਾ ਲੋਕਾਂ ਨੂੰ ਯਾਦ ਨਹੀਂ ਰਹਿੰਦਾ, ਲੋਕਾਂ ਨੂੰ ਲੱਗਦਾ ਕਿ ਅੱਛਾ ਆ ਉਹ ਕੁੜੀ ਆ ਜਿਹੜੀ ਉਹ ਬਹੂ ਬਣੀ ਸੀ, ਆ ਉਹ ਬਹੂ ਬਣੀ ਸੀ, ਕਦੇ ਉਹਨਾਂ ਨੇ ਆ ਕੇ ਆ ਨਹੀਂ ਕਿਹਾ ਕਿ ਤੁਹਾਡਾ ਉਹ ਸੀਨ ਬੜਾ ਚੰਗਾ ਸੀ ਜਾਂ ਅੱਛਾ ਉਹ ਡਾਇਲੋਗ ਬੋਲ ਕੇ ਵਿਖਾ ਦਿਓ, ਹੈ ਨਾ, ਕਿਉਂਕਿ ਲੋਕਾਂ ਨੂੰ ਤੁਹਾਡਾ ਕੰਮ ਨਹੀਂ ਯਾਦ ਰਹਿੰਦਾ ਉੱਥੇ। ਪਰ ਫਿਲਮ 'ਚ ਆ ਹੁੰਦਾ ਕਿ ਲੋਕਾਂ ਨੂੰ ਤੁਹਾਡਾ ਕੰਮ ਯਾਦ ਰਹਿੰਦਾ, ਜਦੋਂ ਮਤਲਬ ਜੇ ਅੰਗਰੇਜ਼ ਦੀ ਗੱਲ ਕਰੀਏ ਅਸੀਂ, ਅੱਜ ਵੀ ਲੋਕ ਆ ਕੇ ਮੈਨੂੰ ਡਾਇਲੋਗ ਲਈ ਪੁੱਛਦੇ ਨੇ, ਫੱਟ ਵਾਲਾ ਡਾਇਲੋਗ ਜਿਹੜਾ ਸੀ, ਹੈ ਨਾ, ਉਹਨਾਂ ਨੂੰ ਮੇਰੇ ਸੀਨ ਯਾਦ ਨੇ, ਉਹਨਾਂ ਨੂੰ ਮੇਰਾ ਕੰਮ ਯਾਦ ਹੈ, ਮੈਨੂੰ ਲੱਗਦਾ ਉਹ ਮੈਨੂੰ ਜ਼ਿਆਦਾ ਸੈਟਿਸਫਾਈ ਕਰਦਾ ਐਜ਼ ਐਨ ਆਰਟਿਸਟ। ਬਿਲਕੁਲ ਠੀਕ। ਅੱਛਾ, ਹੁਣ ਤੁਸੀਂ ਅੰਗਰੇਜ਼ ਦੀ ਗੱਲ ਕੀਤੀ, ਧਨਕੌਰ ਨੇ ਇੱਕ ਤੁਹਾਨੂੰ ਬਹੁਤ ਵੱਡਾ ਨਾਮ ਦਿੱਤਾ ਹੈ ਨਾ ਇਸ ਇੰਡਸਟਰੀ ਦੇ ਵਿੱਚ, ਸੋ ਹਾਲੇ ਵੀ ਮੈਂ ਕਈ ਕਾਫੀ ਜਿੱਦਾਂ ਤੁਹਾਡੇ ਦੇਖਦਾ ਹੁੰਦਾ, ਵੀਡੀਓਸ ਦੇਖਦਾ ਹੁੰਦਾ ਤਾਂ ਕਾਫੀ ਲੋਕ ਕਮੈਂਟ ਥੱਲੇ ਕਰਦੇ ਕਿ ਧਨਕੌਰ ਧਨਕੌਰ, ਸੋ ਕਦੀ ਸੋਚਿਆ ਸੀ ਕਿ ਧਨਕੌਰ ਨਾਮ ਇੰਨਾ ਵੱਡਾ ਹੋ ਜਾਊਗਾ? ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਕੀ ਕਰਨ ਜਾ ਰਹੀ ਸੀ ਜਦੋਂ ਮੈਂ ਅੰਗਰੇਜ਼ ਸ਼ੂਟ ਵੀ ਕਰਨ ਜਾ ਰਹੀ ਸੀ, ਜਦੋਂ ਸ਼ੂਟ ਹੋ ਵੀ ਗਈ ਸੀ ਤਾਂ ਵੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਕੇ ਆਈ ਹਾਂ, ਤੇ ਸੈਟ ਤੇ ਐਕਚੁਲੀ ਸਾਰੇ ਮੈਨੂੰ ਤੇਜੋ ਬੁਲਾਉਂਦੇ ਸੀ, ਕਿਉਂਕਿ ਜਿਹੜਾ ਸਕ੍ਰਿਪਟ 'ਚ ਨਾਮ ਲਿਖਿਆ ਨਾ ਲਿਖਿਆ ਹੋਇਆ ਸੀ ਕੈਰੇਕਟਰ ਦਾ ਉਹ ਤੇਜੋ ਸੀ,
ਤੇ ਜਦੋਂ ਮੈਂ ਸੈੱਟ ਤੇ ਗਈ ਤਾਂ ਅੰਬਰ ਨੇ ਕਿਹਾ ਨਹੀਂ ਨਹੀਂ ਕੋਈ ਹੋਰ ਨਾਂ ਰੱਖ ਦਿਆ, ਤੇਜੂ ਨੀ ਸੂਟ ਕਰਦਾ ਇੰਨਾ, ਸਨਕੌਰ ਰੱਖ ਦਿਆ, ਅਸੀਂ ਨਾਂ ਚੇਂਜ ਕਰ ਦਿੰਦੇ। ਬਟ ਪੂਰੇ ਸੈੱਟ ਤੇ ਪੂਰਾ ਟਾਈਮ ਸਾਰੇ ਮੈਨੂੰ ਤੇਜੂ ਹੀ ਕਹਿੰਦੇ ਸੀ। ਮੈਂ ਤੇਜੂ ਨਾਲ ਬਹੁਤ ਕਨੈਕਟ ਕਰਦੀ ਸੀ। ਜਦੋਂ ਡੱਬਿੰਗ ਚ ਅਸੀਂ ਆਏ ਤਾਂ ਧੰਨਕੌਰ ਧੰਨਕੌਰ ਸੁਣਿਆ, ਮੈਂ ਕਿਹਾ ਅੱਛਾ ਹਾਂ ਸੱਚੀ ਇਹਦਾ ਨਾਂ ਤਾਂ ਧੰਨਕੌਰ ਆ। ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਇੰਨਾ ਪਿਆਰ ਦਿੱਤਾ, ਪਹਿਲਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇੰਨੀ ਕੀ ਵੱਡੀ ਗੱਲ ਹੋ ਗਈ। ਮੈਂ ਤਾਂ ਪਤਾ ਨਹੀਂ ਕੁਛ ਕੀਤਾ ਵੀ ਹੈ ਕਿ ਨਹੀਂ ਕੀਤਾ। ਜਦੋਂ ਮੈਂ ਜਾ ਕੇ ਫਿਲਮ ਦੇਖੀ, ਦੋ ਚਾਰ ਵਾਰੀ ਮੈਂ ਫਿਲਮ ਦੇਖੀ, ਫਿਰ ਮੈਂ ਕਿਹਾ ਅੱਛਾ ਠੀਕ ਠੀਕ ਹੀ ਕੀਤਾ, ਪਤਾ ਨਹੀਂ ਲੋਕਾਂ ਨੂੰ ਇੰਨਾ ਕੀ ਪਿਆਰ ਆ ਰਿਹਾ। ਪਰ ਅਜੇ ਵੀ ਜਦੋਂ ਮੈਂ ਬਾਹਰ ਜਾਂਦੀ ਹਾਂ, ਕਿਤੇ ਵੀ ਜਾਂਦੀ ਹਾਂ, ਤੇ ਲੋਕ ਤਾਂ ਮੈਨੂੰ ਧੰਨਕੌਰ ਹੀ ਕਹਿੰਦੇ ਨੇ। ਹੁਣ ਤਾਂ ਮੈਨੂੰ ਲੱਗਦਾ ਸਰਗੁਣ ਵੀ ਮੇਰੀ ਆਈਡੈਂਟੀ ਨਹੀਂ ਹੈਗੀ, ਪੰਜਾਬ ਚ ਤਾਂ ਧੰਨਕੌਰ ਹੀ ਹੈਗੀ ਆ। ਜੀ ਵਧੀਆ ਲੱਗਦਾ ਤੁਹਾਨੂੰ ਕਿ ਹਾਂ ਵੀ ਤੁਹਾਡਾ ਲੋਕ ਜਿਹੜੇ ਨਾਮ ਦੋ ਦੋ ਨਾਮ ਲੈਂਦੇ, ਕੋਈ ਸਰਗੁਣ ਲੈਂਦਾ ਕੋਈ ਧੰਨਕੌਰ ਲੈਂਦਾ? ਮੈਨੂੰ ਧੰਨਕੌਰ ਜ਼ਿਆਦਾ ਵਧੀਆ ਲੱਗਦਾ ਸਰਗੁਣ ਤੋਂ, ਬਿਕੋਜ਼ ਉਹ ਮੇਰਾ ਕੰਮ ਹੈ ਨਾ, ਤੇ ਮੈਨੂੰ ਇੱਕ ਉਹਦੇ ਤੋਂ ਆਈਡੈਂਟੀ ਮਿਲੀ ਆ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਲੋਕ ਮੈਨੂੰ ਧੰਨਕੌਰ ਕਹਿ ਕੇ ਬੁਲਾਉਂਦੇ। ਕੋਈ ਮੁੰਡਾ ਤੇਰੇ ਨਾਲ ਦੋ ਗੱਲਾਂ ਕਰੇ, ਬਸ਼ੀਰ ਬਦਰ ਸਾਹਿਬ ਦੇ ਦੋ ਸ਼ੇਰ ਸੁਣਾਵੇ, ਤੇ ਤੈਨੂੰ ਚਾਚੇ ਦਾ 20-22 ਸਾਲ ਦਾ ਪਿਆਰ ਹੀ ਪਹੁੰਚੇ। 23 ਸਾਲ ਮੇਰੇ ਆਪਾ ਚੰਨ ਨੇ ਮੈਨੂੰ ਖਿਡਾਇਆ, ਤੇਰੇ ਦੋ ਹਾਸੇ ਮੈਨੂੰ ਮੇਰਾ ਮੁਲਕ ਨਹੀਂ ਭੁਲਾ ਸਕਦੇ। ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਪਰਾਏ ਮੁਲਕ ਦੇ ਬੰਦੇ ਨਾਲ ਫੋਟਾਂ ਫੂਟਾਂ ਠੀਕ ਨੇ, ਆਪਣੀਆਂ ਧੀਆਂ ਦਾ ਨਿਕਾਹ ਨਹੀਂ ਜੇ ਕਰਦੇ ਹੁੰਦੇ। ਓਏ ਅਸੀਂ ਲਾਹੌਰੀਏ ਹੁੰਨੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈ। ਪਾਰ ਲਾ ਦਿੱਤਾ ਇੱਕ ਚੰਦਨ, ਜਿਸ ਪਾਸੇ ਵੱਲ ਕੋਈ ਰਹਿਣਾ ਚਾਹੁੰਦਾ ਹੋਵੇ ਉਸ ਪਾਸੇ ਵੱਲ ਨਹੀਂ ਤੁਰੀਦਾ। ਬਿਲਕੁਲ, ਇੱਕ ਤੁਹਾਡੀ ਪਹਿਲੀ ਮੂਵੀ ਸੀਗੀ, ਸੋ ਉਹਦੇ ਵਿੱਚ ਹੀ ਤੁਹਾਨੂੰ ਤੁਹਾਡਾ ਨਾਮ ਜਿਹੜਾ ਇੱਕ ਮਿਲ ਗਿਆ, ਤੁਹਾਡੀ ਪਛਾਣ ਮਿਲ ਗਈ, ਉਹ ਬਹੁਤ ਵੱਡੀ ਗੱਲ ਹੋ ਗਈ ਤੁਹਾਡੇ ਲਈ। ਅੱਛਾ, ਲਾਹੌਰੀ ਦੇ ਵਿੱਚ, ਲਾਹੌਰੀ ਮੂਵੀ ਦੇ ਵਿੱਚ ਤੁਸੀਂ ਕਿਹੋ ਜਿਹਾ ਕਿਰਦਾਰ ਕਰ ਰਹੇ ਹੋ ਜੀ? ਦੇਖੋ ਜਿਹੜੀ ਮੂਵੀ ਆ, ਮੈਂ ਅਮੀਰਾ ਇੱਕ ਕੈਰੈਕਟਰ ਹੈ, ਅਮੀਰਾ ਜਿਹੜੀ ਕੁੜੀ ਆ ਉਹਦਾ ਰੋਲ ਪਲੇ ਕਰ ਰਹੀ ਹਾਂ ਨਾ, ਲਾਹੌਰ ਤੋਂ ਹੈ। ਤੇ ਜਿਹੜੀ ਪੂਰੀ ਫਿਲਮ ਆ ਉਹ ਦੋਨੋਂ ਲੀਡ ਐਕਟਰ ਦੇ ਅੱਖਾਂ ਤੋਂ ਤੁਸੀਂ ਦੇਖਦੇ ਹੋ ਕਿ ਮਤਲਬ ਕੀ ਹੋ ਰਿਹਾ ਵਾ ਲਾਹੌਰੀਆ ਤੇ ਫਿਰੋਜ਼ਪੁਰੀਆ ਦੀ। ਜਿਹੜੀ ਪੂਰੀ ਕਹਾਣੀ ਆ ਉਸ ਫਿਲਮ ਤੋਂ ਦਰਸਾਈ ਜਾਂਦੀ ਹੈ। ਉਹ ਟਿਪੀਕਲ ਲਾਹੌਰ ਦੀ ਕੁੜੀ ਆ, ਸਹਿਮੀ ਹੋਈ ਆ, ਬਹੁਤ ਸਵੀਟ ਕੁੜੀ ਆ, ਸਾਰੇ ਮੈਨੂੰ ਲੱਗਦਾ ਜਿਹੜੀ ਵੀ ਪਿੰਡ ਦੀ ਕੁੜੀ ਆ ਸਾਰੇ ਉਹਦੇ ਨਾਲ ਰਿਲੇਟ ਕਰੂੰਗੀ। ਤੇ ਇਹਨਾਂ ਦੀ ਅਕਰੋਸ ਬਾਰਡਰ ਲਵ ਸਟੋਰੀ ਹੈ ਜੀ ਲਾਹੌਰੀਆ ਚ। ਤੇ ਮੈਨੂੰ ਲੱਗਦਾ ਹੈ ਕਿ ਜਦੇ ਵੀ ਲੋਕੀ ਗੱਲ ਕਰਦੇ ਨੇ ਅਕਰੋਸ ਬਾਰਡਰ ਲਵ ਸਟੋਰੀ ਦੀ, ਲੋਕਾਂ ਨੂੰ ਲੱਗਦਾ ਪਤਾ ਨੀ ਕੀ ਹੋਣਾ ਹੈ, ਪਤਾ ਨੀ ਕਿੰਨਾ ਕੁ ਦੁੱਖ ਹੋਊਗਾ, ਪਤਾ ਨੀ ਕੀ ਹੋਊਗਾ ਫਿਲਮ ਚ, ਹੈਨਾ। ਲੋਕਾਂ ਨੇ ਜਦੋਂ ਵੀ ਦੇਖੀ ਆ ਕ੍ਰੋਸ ਬਾਰਡਰ ਲਵ ਸਟੋਰੀ, ਹਮੇਸ਼ਾ ਬਹੁਤ ਡਰਾਮੈਟਿਕ ਰਹੀ ਆ। ਬਟ ਜਿਹੜੀ ਲਾਹੌਰੀ ਹੈ, ਅੰਬਰ ਨੇ ਇੱਕ ਡਿਫਰੈਂਟ ਤਰ੍ਹਾਂ ਤੋਂ ਟ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਪੂਰੇ ਸੈਂਸਿਟਿਵ ਇਸ਼ੂ ਨੂੰ ਵੀ, ਕਿ ਮਤਲਬ ਹਰ ਜਣੇ ਨੂੰ, ਚਾਹੇ ਉਹ ਲਾਹੌਰ ਚ ਵੇਖੇ ਚਾਹੇ ਪੰਜਾਬ ਚ ਵੇਖੇ, ਉਹਨੂੰ ਪਸੰਦ ਆਊਗੀ ਪਹਿਲੀ ਗੱਲ ਤਾਂ। ਤੇ ਦੂਜੀ ਗੱਲ ਕਿ ਉਹਦੇ ਚ ਬਹੁਤ ਹਿਊਮਰ ਹੈ, ਐਂਟਰਟੇਨਮੈਂਟ ਆ, ਤੇ ਆਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਲੱਗਦਾ ਹੀ ਆ ਕਿ ਮਤਲਬ ਅਸੀਂ ਦੋਵੇਂ ਦੇਸ਼ ਬਹੁਤ ਅਲੱਗ ਅਲੱਗ ਨੇ, ਬਹੁਤ ਵੱਖ ਵੱਖ ਨੇ, ਪਰ ਅਸੀਂ ਐਕਚੁਅਲੀ ਬਹੁਤ ਸਿਮਿਲਰ ਨੇ, ਸਾਡੇ ਕਲਚਰ ਬੜੇ ਸਿਮਿਲਰ ਨੇ, ਸਾਡੇ ਹਾਵ ਭਾਵ ਬੜੇ ਸਿਮਿਲਰ ਨੇ, ਹੈਨਾ। ਸਾਡੀ ਅਸੀਂ ਬੋਲਦੇ ਵੀ ਇੱਕ ਹੀ ਭਾਸ਼ਾ ਨੇ, ਸਾਰੇ ਪੰਜਾਬੀ ਬੋਲਦੇ ਅਸੀਂ, ਹੈਨਾ। ਤੇ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਆ। ਦਿਮਾਗ ਚ ਗੱਲ ਆਉਂਦੀ ਹੈ ਕਿ ਉਹ ਦਿਖਦੀ ਕਿੱਦਾਂ ਹੋਊਗੀ ਕੁੜੀ, ਹੈ ਨਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਆਡੀਅੰਸ ਨੇ ਦੇਖਣਾ ਹੀ ਹੈ, ਸਭ ਤੋਂ ਪਹਿਲਾਂ ਤਾਂ ਉਹੀ ਹੁੰਦਾ। ਤੇ ਮੈਨੂੰ ਹਮੇਸ਼ਾ ਲੱਗਦਾ ਕਿ ਜਦੋਂ ਮੈਂ ਪਾਕਿਸਤਾਨੀ ਕੋਈ ਸ਼ੋਅ ਦੇਖਦੀ ਸੀ ਜਾਂ ਕੁੜੀਆਂ ਦੇਖਦੀ ਸੀ ਨਾ, ਕਸ਼ਮੀਰੀਆਂ ਦਾ ਵੀ ਮੈਨੂੰ ਆਹੀ ਲੱਗਦਾ, ਪਾਕਿਸਤਾਨੀ ਫਿਲਮ ਮੈਨੂੰ ਆਹੀ ਲੱਗਦਾ ਕਿ ਉਹ ਬਹੁਤ ਗੋਰੇ ਚਿੱਟੇ ਹੁੰਦੇ ਨੇ, ਹਨਾ, ਗਾਲ ਉਹਨਾਂ ਦੇ ਇੱਕਦਮ ਲਾਲ ਸੁਰਖ ਹੁੰਦੇ ਨੇ। ਤੇ ਉਹ ਅਸੀਂ ਇੱਕ ਮੇਕਅਪ ਨਾਲ ਅਚੀਵ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਕਿ ਇੱਕ ਉਹ ਪਾਵਰ ਜ਼ਰੂਰ ਆਵੇ ਇਹਦੇ 'ਚ। ਦੂਜੀ ਗੱਲ ਹੁੰਦੀ ਆ ਕਿ ਤੁਹਾਡੇ ਜਿਹੜੇ ਲਹਿਜ਼ੇ ਦੀ ਗੱਲ ਆਉਂਦੀ ਹੈ, ਸਾਡੇ ਬੋਲਚਾਲ ਦੀ ਗੱਲ ਆਉਂਦੀ ਹੈ, ਉਹ ਉਸ 'ਤੇ ਵੀ ਅਸੀਂ ਬਹੁਤ ਵਰਕ ਕੀਤਾ, ਬਿਕੋਜ਼ ਉਹਨਾਂ ਦੀ ਜਿਹੜੀ ਪੰਜਾਬੀ ਵਿੱਚ ਬਹੁਤ ਉਰਦੂ ਮਿਕਸ ਹੁੰਦੀ ਆ। ਬਿਲਕੁਲ ਬਿਲਕੁਲ, ਕਿਉਂਕਿ ਉਹ ਉਰਦੂ ਪੰਜਾਬੀ ਜੀ ਬੋਲਦੇ ਨੇ, ਤੇ ਸਾਡੀ ਵੀ ਪੰਜਾਬੀ ਜਿਹੜੇ ਅਸੀਂ ਲਾਹੌਰੀਏ ਵਾਲੀ ਬੋਲੀ ਹੈ, ਲਾਹੌਰੀਏ ਪਾਸੇ ਵਾਲੀ ਬੋਲੀ, ਉਹ ਸਾਰੀ ਅਸੀਂ ਉਰਦੂ ਪੰਜਾਬੀ, ਹਿੰਦੀ ਉਰਦੂ ਪੰਜਾਬੀ ਬੋਲੀ ਆ, ਉਹਨਾਂ ਦੀ ਬਹੁਤ ਹਿੰਦੀ ਤੇ ਉਰਦੂ ਆਉਂਦੀ ਹੈ ਪੰਜਾਬੀ 'ਚ, ਤੇ ਇੱਕ ਥੋੜਾ ਜਿਹਾ ਲਹਿਜ਼ਾ ਵੀ ਪਕੜਿਆ। ਹੁਣ ਮੈਨੂੰ ਪਤਾ ਨੀ ਕਿੰਨਾ ਕੁ ਅੱਛਾ ਕੀਤਾ ਨਹੀਂ ਕੀਤਾ, ਉਹਦਾ ਤੁਹਾਨੂੰ ਜਿਹੜਾ ਟ੍ਰੇਲਰ ਚ ਆਇਆ ਹੋਇਆ ਕਿ 23 ਸਾਲ ਮੇਰੇ ਅੱਬਾ ਜਾਨ ਨੇ ਮੈਨੂੰ ਖੜਾਇਆ,
ਤੇਰੇ ਤੋਂ ਹੱਸ ਮੈਨੂੰ ਮੇਰਾ ਮੁਲਕ ਨਹੀਂ ਭੁਲਾ ਸਕਦੇ। ਮੈਨੂੰ ਲੱਗਦਾ ਦੋ ਲਾਈਨਾਂ ਚ ਬਹੁਤ ਕੁਛ ਉਹ ਕਹਿ ਜਾਂਦੀ ਆ, ਮਤਲਬ ਆਡੀਅੰਸ ਵੀ ਬਹੁਤ ਕੁਛ ਸਮਝ ਜਾਂਦੀ ਆ ਟ੍ਰੇਲਰ ਚ, ਚਾਹੇ ਉਹ ਇੱਕ ਹੀ ਲਾਈਨ ਚ ਕਹੀ ਹੋਈ ਗੱਲ ਹੈ ਨਾ, ਪਰ ਬਹੁਤ ਕੁਛ ਕਹਿ ਜਾਂਦੀ ਆ ਲਾਈਨ। ਮੈਨੂੰ ਆਹ ਬਹੁਤ ਪਸੰਦ ਹੈ। ਤੇ ਦੂਜਾ ਮੈਨੂੰ ਉਹ ਸੀਨ ਬਹੁਤ ਪਸੰਦ ਹੈ ਜਿੱਥੇ ਮੈਨੂੰ ਅਮਰਿੰਦਰ ਭਾਜੀ ਕਹਿੰਦੇ ਨੇ ਕਿ ਤੇਰੇ ਜ਼ਰੂਰ ਇਗਜ਼ਾਮ ਤੇ 70% ਨੰਬਰ ਆਏ ਹੋਣੇ, ਤੇ ਆਹ ਕਹਿੰਦੇ ਮੈਂ ਫੇਲ ਹੋਈ। ਸਿਰਫ ਤੁਹਾਡੀਆਂ ਅੱਖਾਂ ਦੀ ਪਛਾਣ ਹੈ ਮੈਨੂੰ, ਬਹੁਤ ਪੜ੍ਹਨ ਵਾਲੀਆਂ ਅੱਖਾਂ ਹੁੰਦੀਆਂ ਹੈ। ਤੁਹਾਡੇ ਪੱਕਾ ਲਾਸਟ ਇਗਜ਼ਾਮ ਚੋਂ 70% ਨੰਬਰ ਆਏ ਹੋਣਗੇ। ਫੇਲ ਹੋਈ ਸੀ ਮੈਂ। ਹਾਂਜੀ ਫੇਲ ਹੋਈ ਸੀ ਮੈਂ। ਓ ਸੋ ਸੈਡ। ਆਪਣਾ ਦੱਸਣ ਦਾ ਮੌਕਾ ਮਿਲ ਗਿਆ ਜੀ। ਅਮਰਿੰਦਰ ਗਿੱਲ ਭਾਈ ਦੇ ਨਾਲ ਤੁਹਾਡੀ ਤੀਸਰੀ ਮੂਵੀ ਆ ਜੀ, ਕਿਹੋ ਜਿਹਾ ਫੀਲ ਕਰਦੇ ਜਦੋਂ ਤੁਸੀਂ ਅਮਰਿੰਦਰ ਗਿੱਲ ਭਾਈ ਦੇ ਨਾਲ ਕੰਮ ਕਰਦੇ? ਕਿਉਂਕਿ ਉਹਨਾਂ ਨੂੰ ਇੱਕ ਬੜੇ ਜਿਹੜਾ ਸੂਝਵਾਨ ਤੇ ਇਨੋਸੈਂਟ ਜਿਹੜਾ ਮੁੰਡਾ ਦੇਖਿਆ ਜਾਂਦਾ ਜੀ ਉਹਨਾਂ ਨੂੰ, ਤੇ ਕਿਹੋ ਜਿਹਾ ਫੀਲ ਕਰਦੇ ਤੁਸੀਂ ਉਹਨਾਂ ਦੇ ਕੰਮ ਕਰਦੇ? ਐਕਚੁਅਲੀ ਮੈਨੂੰ ਤਾਂ ਬਹੁਤ ਅੱਛਾ ਲੱਗਦਾ, ਮੈਨੂੰ ਤਾਂ ਲੱਗਦਾ ਹੁਣ ਆਹ ਟੀਮ ਨਾ ਮੇਰੀ ਫੈਮਿਲੀ ਵਾਂਗ ਹੁੰਦੀ ਹੈ। ਸਾਡੇ ਆਪਸ ਚ ਝਗੜੇ ਵੀ ਹੋਣੇ ਆ, ਲੜਾਈ ਵੀ ਹੋਣੇ ਆ, ਕਿਉਂਕਿ ਇੱਕੋ ਹੀ ਜਗ੍ਹਾ ਤੇ ਕੰਮ ਕਰਨਾ ਤਾਂ ਉਹ ਵੀ ਹੋਣਾ ਹੀ ਆ, ਹੈ ਨਾ। ਐਂਡ ਉਹ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਤੁਸੀਂ ਫਿਰ ਡਿਸਾਈਡ ਕਰ ਸਕਦੇ ਹੋ ਕਿ ਤੁਹਾਨੂੰ ਕੀ ਚਾਹੀਦਾ ਹੈ, ਕ੍ਰੀਏਟਿਵਲੀ ਸਪੇਸ 'ਚ ਵੀ ਕੀ ਤੁਹਾਨੂੰ ਬੈਟਰ ਲੱਗਦਾ ਹੈ ਨਾ। ਤੇ ਅਮਰਿੰਦਰ ਭਾਜੀ ਬਹੁਤ ਪੋਲੇ ਨੇ, ਬਹੁਤ ਅੱਛੇ ਨੇ, ਉਹਨਾਂ ਦੇ ਨਾਲ ਕੰਮ ਕਰਕੇ ਮਤਲਬ ਬਹੁਤ ਮਜ਼ਾ ਆਉਂਦਾ। ਉਹਨਾਂ ਨੂੰ ਸਿਰਫ ਇੱਕੋ ਹੀ ਚੀਜ਼ ਨਾਲ, ਉਹਨਾਂ ਨੂੰ ਇੱਕੋ ਹੀ ਚੀਜ਼ 'ਚ ਇੰਟਰਸਟ ਹੈ, ਉਹਨਾਂ ਦੇ ਕੰਮ 'ਚ ਬਸ ਉਹੀ ਕਰਨ ਆਇਆ, ਉਹੀ ਕਰਦੇ ਨੇ। ਤੇ ਮੈਂ ਵੀ ਬਹੁਤ ਫੋਕਸ ਆ, ਤੇ ਆਈ ਥਿੰਕ ਉਹ ਇੱਕ ਗੱਲ ਹੈ ਜਿਸ ਕਰਕੇ ਸਾਡੀ ਜੋੜੀ ਬਹੁਤ ਜੰਮਦੀ ਹੈ। ਬਿਲਕੁਲ। ਅੱਛਾ ਤੁਸੀਂ 3 ਮੂਵੀਜ਼ ਕਰ ਲਈਆਂ ਭਾਜੀ ਦੇ ਨਾਲ, ਕੋਈ ਸਾਨੂੰ ਹੁਣ ਇੱਕ ਇਹੋ ਜਿਹੀ ਗੱਲ ਦੱਸੋ ਕਿ ਕੋਈ ਅਮਰਿੰਦਰ ਗਿੱਲ ਭਾਈ ਦੀ ਕੋਈ ਸਭ ਤੋਂ ਵਧੀਆ ਚੀਜ਼ ਕਿਹੜੀ ਆ ਤੇ ਉਹਨਾਂ ਦੀ ਸਭ ਤੋਂ ਮਾੜੀ ਚੀਜ਼ ਕਿਹੜੀ ਆ? ਉਹਨਾਂ ਦੀ ਮਾੜੀ ਚੀਜ਼ ਤਾਂ ਪਤਾ ਨੀ, ਮੈਨੂੰ ਬਹੁਤ ਸੋਚਣਾ ਪੈਣਾ ਉਹਨਾਂ ਦੀ ਮਾੜੀ ਚੀਜ਼ ਦੇਖਣ ਲਈ। ਉਹਨਾਂ ਦੀ ਸਭ ਤੋਂ ਵਧੀਆ ਚੀਜ਼ ਆ ਕਿ ਉਹ ਬਹੁਤ ਕੰਪੈਸ਼ਨੇਟ ਨੇ ਪੂਰੇ ਟੀਮ ਦੇ ਨਾਲ ਨਾ, ਮਤਲਬ ਉਹਨਾਂ ਉਹ ਬਹੁਤ ਵੱਡੇ ਨੇ, ਉਹ ਅਮਰਿੰਦਰ ਗਿੱਲ ਨੇ, ਉਹਨਾਂ ਨੂੰ ਮਤਲਬ ਮੈਂ ਬਹੁਤ ਵਾਰੀ ਲੋਕਾਂ ਨੂੰ ਦੇਖਿਆ ਕਿ ਯੂ ਨੋ ਦੇ ਥਰੋ ਦੇਅਰ ਵੇਟ ਅਰਾਊਂਡ, ਬਟ ਅਮਰਿੰਦਰ ਭਾਜੀ ਉਹ ਨਹੀਂ ਕਰਦੇ, ਉਹ ਸਾਰਿਆਂ ਦੇ ਨਾਲ ਇੱਕੋ ਜਿਹੀ ਗੱਲ ਕਰਦੇ ਨੇ, ਚਾਹੇ ਉਹ ਸਪੋਟ ਬੋਏ ਹੋਏ, ਚਾਹੇ ਉਹ ਮੇਕਅਪ ਵਾਲਾ ਹੋਏ, ਚਾਹੇ ਉਹ ਵੱਡੇ ਤੋਂ ਵੱਡਾ ਬੰਦਾ ਹੋਏ ਨਾ ਸੈੱਟ ਤੇ, ਤੇ ਉਹਨਾਂ ਨੇ ਸਾਰਿਆਂ ਨਾਲ ਉਨੇ ਹੀ ਪਿਆਰ ਨਾਲ ਗੱਲ ਕਰਨੀ ਹੈ। ਤੁਸੀਂ ਕਦੇ ਵੀ ਕਿਸੇ ਦੇ ਵੀ ਮੂੰਹੋਂ ਉਹਨਾਂ ਦੇ ਬਾਰੇ ਕੁਝ ਗਲਤ ਨਹੀਂ ਸੁਣੋਗੇ। ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ। ਹਾਂ ਬਹੁਤ ਡਿਗਨਿਟੀ ਆ, ਤੇ ਉਹਨਾਂ ਦੇ ਬਾਰੇ ਕੋਈ ਗਲਤ ਗੱਲ ਕਹਿਣ ਨੂੰ ਹੈ ਹੀ ਨਹੀਂ ਜੀ, ਹੀ ਇਜ਼ ਅ ਵੈਰੀ ਵੈਰੀ ਨਾਈਸ ਮੈਨ। ਯਾ ਐਦਾਂ ਕਹਿ ਕੇ ਤੁਸੀਂ ਗੱਲ ਹੀ ਮਗਾਤੀ ਹੈ ਹੀ ਨਹੀਂ ਰਸ਼ਨ ਤੋਂ, ਸੱਚੀ ਹੈ ਹੀ ਨਹੀਂ, ਮਤਲਬ ਮੈਂ ਤਾਂ ਉਹਨਾਂ ਦੇ ਨਾਲ ਸਿਰਫ ਕੰਮ ਕਰਦੀ ਹਾਂ, ਤੇ ਮੈਂ ਤਾਂ ਸਿਰਫ ਕੰਮ ਵੇਲੇ ਹੀ ਦੇਖਾਂਗੀ ਕਿ ਉਹ ਕੰਮ 'ਚ ਵੀ ਬਹੁਤ ਸੋਹਣੇ ਨੇ, ਉਹ ਸਾਰਿਆਂ ਦੇ ਨਾਲ ਗੱਲ ਵੀ ਬਹੁਤ ਚੰਗੀ ਕਰਦੇ ਨੇ, ਉਹ ਸਭ ਕੁਛ ਹੀ ਬਹੁਤ ਚੰਗਾ ਕਰਦੇ ਨੇ, ਹੁਣ ਕੀ ਗਲਤ ਨਿਕਾਲਾਂ ਮੈਂ। ਕੋਈ ਗੱਲ ਨਹੀਂ। ਅੱਛਾ ਸਰ, ਤੁਹਾਡਾ ਫੇਵਰਿਟ ਸੌਂਗ ਕਿਹੜਾ ਇਸ ਮੂਵੀ ਦੇ ਵਿੱਚੋਂ? ਮੈਨੂੰ ਦੋ ਗਾਣੇ ਬਹੁਤ ਚੰਗੇ ਲੱਗਦੇ ਹੈ, ਇੱਕ ਅੱਖਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇ ਇੱਕ ਪਾਣੀ ਰਾਵੀ ਕਾਲ ਜੀ। ਤੇ ਅੱਛਾ ਜਾਂਦਿਆਂ ਦੇ ਆਖਰੀ ਸਵਾਲ ਜਿਹੜਾ ਮੇਰੇ ਦਿਲ ਦਾ ਚਾਹੁੰਦਾ ਕਿ ਕੋਈ ਇਹੋ ਜਿਹਾ ਪੰਜਾਬੀ ਸਤਾਰਾ ਜਿਸ ਦੇ ਨਾਲ ਤੁਸੀਂ ਅੱਗੇ ਜਾ ਕੇ ਕੰਮ ਕਰਨਾ ਚਾਹੋ? ਅਮਰਿੰਦਰ ਭਾਈ ਤੋਂ ਸਵਾਈ ਅਮਰਿੰਦਰ ਭਾਜੀ ਹੋ ਗਏ, ਜਿੰਮੀ ਹੋ ਗਏ, ਹੁਣ ਦੋ ਚਾਰ ਹੀ ਮੈਨੂੰ ਹੋਰ ਪਤਾ, ਦਿਲਜੀਤ ਪਤਾ, ਐਮੀ ਪਤਾ ਹੈ, ਐਮੀ ਨਾਲ ਵੀ ਕੰਮ ਤਾਂ ਕਰ ਹੀ ਚੁੱਕੀ ਹਾਂ ਅੰਗਰੇਜ਼ ਚ, ਸਾਰੇ ਦਰਸ਼ਕਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ, ਧੰਨ ਕੌਰ ਨੂੰ ਵੀ, ਦਰਸ਼ਕਾਂ ਨੂੰ ਵੀ, ਸੱਗੀ ਨੂੰ ਵੀ, ਸਾਰੀ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਸਾਡੀਆਂ, ਤੇ ਲਾਹੌਰੀ ਲੈ ਕੇ ਆ ਰਹੇ ਨੇ, ਬਹੁਤ ਹੀ ਵੱਖ ਫਿਲਮ ਹੈ ਜੀ, ਤੁਸੀਂ ਸਾਰੇ ਜਾਓ ਆਪਣੀ ਫੈਮਿਲੀ ਨਾਲ ਤੇ ਖੂਬ ਇੰਜੋਏ ਕਰੋ, ਬਹੁਤ ਐਂਟਰਟੇਨਿੰਗ ਫਿਲਮ ਆ, ਤੇ ਅਸੀਂ ਵੀ ਹੋਪ ਕਰਦੇ ਹਾਂ ਕਿ ਤੁਹਾਨੂੰ ਵੀ ਫਿਲਮ ਬਹੁਤ ਪਸੰਦ ਆਊਗੀ। ਜਿੰਨੀ ਇੰਨੀ ਸਵੀਟ ਜੀ ਆਵਾਜ਼ ਨਾਲ ਤੁਸੀਂ ਕਿਹਾ, ਮੈਨੂੰ ਲੱਗਦਾ ਇੱਥੇ ਹਾਊਸਫੁੱਲ ਹੀ ਜਾਣਗੇ ਸਾਰੇ ਫਿਲਮ। ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ ਕਿ ਤੁਸੀਂ ਆਪਣੇ ਕੱਢਿਆ, ਤੇ ਉਮੀਦ ਕਰਦਾ ਕਿ ਤੁਸੀਂ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ। ਬਹੁਤ ਜੀ ਬਹੁਤ, ਥੈਂਕ ਯੂ ਸੋ ਮਚ।